ਇਹ ਜੀ ਬੱਚਾ ਥੋੜ੍ਹਾ ਬਿਮਾਰ ਹੋਇਆ ਅਤੇ ਇਹਨੂੰ ਮੈਂ ਇੰਜੈਕਸ਼ਨ ਲਾਉਣ ਲੱਗਾ ਅਤੇ ਮੈਂ ਕਿਹਾ ਚਲੋ ਮੈਂ ਸ਼ੇਅਰ ਕਰਨਾ ਤੁਹਾਡੇ ਨਾਲ ਕਿ ਮੈਂ ਆਪਣਾ ਕਿਸ ਤਰ੍ਹਾਂ ਇੰਜੈਕਸ਼ਨ ਲਾਉਂਦਾ, ਕਿਉਂਕਿ ਇਕੱਲਾ ਜਿਹੜਾ ਬੰਦਾ ਨਾ ਉਹ ਇੰਜੈਕਸ਼ਨ ਲਾਉਣ ਵਾਸਤੇ ਥੋੜ੍ਹੀ ਜਿਹੀ ਉਹਨੂੰ ਪਰੇਸ਼ਾਨੀ ਹੁੰਦੀ ਹੈ। ਅਤੇ ਜਿਹੜਾ ਮੇਰਾ ਤਰੀਕਾਕਾਰ ਹੋਇਆ ਮੈਂ ਤੁਹਾਨੂੰ ਦੱਸਣਾ, ਸ਼ਾਇਦ ਤੁਹਾਨੂੰ ਪਸੰਦ ਆ ਜੇ। ਅਤੇ ਇਹ ਬੱਚਾ ਜੀ ਉਹਨੂੰ ਫੜਿਆ ਅਤੇ ਇਹਦੀ ਇਹ ਜਿਹੜੀ ਗਰਦਨ ਨੇ ਮੈਂ ਇਹ ਚੀਚੀ ਦੇ ਵਿੱਚ ਇਸ ਤਰ੍ਹਾਂ ਫੜੀ ਹੈ ਅਤੇ ਇਹਨੂੰ ਮੈਂ ਇਸ ਤਰ੍ਹਾਂ ਉਲਟਾ ਕਰਕੇ ਅਤੇ ਇਹ ਵਾਲੀ ਜਿਹੜੀ ਮੇਰੀ ਉਂਗਲੀ ਉਹਦੇ ਨਾਲ ਮੈਂ ਇਹਦੀਆਂ ਲੱਤਾਂ ਫੜ ਲਈਆਂ ਨੇ। ਅਤੇ ਇਹ ਜਨਾਬ ਇਹਦਾ ਇਹ ਮਾਸ ਹੈ, ਨਿਕਲ ਆਏਗਾ ਥੱਲੇ ਇਨਸ਼ਾਅੱਲਾ। ਅਤੇ ਇਹ ਜਨਾਬ ਇਹ 3 ਪੁਆਇੰਟ ਲਾ ਲਏ, ਇਹ ਜਨਾਬ ਮਲਦਾ ਅਤੇ ਇਹ ਬੱਚਾ ਸਾਹਿਬ ਇਹਦੇ। ਯਾਨੀ ਕਿ ਮਕਸਦ ਇਹ ਸੀ ਕਿ ਇਕੱਲਾ ਅਗਰ ਤੁਸੀਂ ਹੈਗੇ ਹੋ ਨਾ ਇਕੱਲੇ ਅਤੇ ਫਿਰ ਇਸ ਤਰ੍ਹਾਂ, ਸ਼ਾਇਦ ਤੁਸੀਂ ਪਹਿਲੇ ਇਸ ਤਰ੍ਹਾਂ ਹੀ ਲਾਉਂਦੇ ਹੋਵੋ, ਲੇਕਿਨ ਜਿਹੜੇ ਨਹੀਂ ਲਾਉਂਦੇ ਨਾ, ਇਸ ਤਰ੍ਹਾਂ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ ਕਿ ਇਕੱਲਾ ਹੈਗਾ ਮੈਂ ਯਾਰ ਕਿਸ ਤਰ੍ਹਾਂ ਟੀਕਾ ਲੱਗੇਗਾ, ਅਤੇ ਉਹ ਇਹ ਮੈਂ ਤਰੀਕਾ ਜੀ ਜੀ ਇਹ ਦੇਖੋ ਇਹ ਫੜਿਆ ਬੱਚਾ, ਇਹਦੀ ਇਹ ਗਰਦਨ, ਇਹ ਉਂਗਲੀ ਦੇ ਨਾਲ ਇਹਦੀਆਂ ਇਹ ਲੱਤਾਂ ਫੜਨੀਆਂ ਨੇ। ਇਹ ਦੇਖੋ ਕੋਈ ਇਹਨੂੰ ਪਰੇਸ਼ਾਨੀ ਨਹੀਂ ਹੋ ਰਹੀ ਬੱਚੇ ਨੂੰ, ਇਹ ਮਾਸ ਇਹਦਾ ਨੰਗਾ ਕੀਤਾ ਇਹਦੇ ਇੱਥੇ ਟੀਕਾ ਲਾ ਦਿੱਤਾ ਜੀ। ਅਤੇ ਉਸ ਤੋਂ ਬਾਅਦ ਜਨਾਬ ਇਹਨੂੰ ਅਗਰ ਪਸੰਦ ਆਏ ਤੁਹਾਨੂੰ ਤਾਂ ਜਨਾਬ ਇਹਨੂੰ ਥੋੜ੍ਹੀ ਜਿਹੀ ਮੇਰੀ ਐਪਰੀਸੀਏਸ਼ਨ ਕਰ ਦੇਣਾ, ਅਗਰ ਨਹੀਂ ਭੈੜਾ ਲੱਗਾ ਤਾਂ ਤਨਕੀਦ ਵੀ ਕਰ ਸਕਦੇ, ਕੋਈ ਗੱਲ ਨਹੀਂ।